ਸੱਚੀ ਸੁਣ ਲੈ ਪਤੀ ਜੀ ਤੈਨੂੰ ਸੱਚ ਸੁਣਾਵਾਂ ਜੀ ਓ ਤੈਨੂੰ ਸੱਚ ਸੁਣਾਵਾਂ ਜੀ ਸਰੂਤੀ ਕਾ ਨਾ ਤਾਂ ਮੰਗ ਕੇ ਪਾਪ ਸੇ ਲਿਆਵਾ ਮੈਂ ਸਰੂਤੀ ਕਾ ਨਾ ਤਾਂ ਮੰਗ ਕੇ ਪਾਪ ਸੇ ਲਿਆਵਾ ਮੈਂ
ਦਾਸ ਬੱਬ ਨਾਲ ਫੇਰਾ ਚਰਨ ਦਾਸ ਨੌ ਦੱਸਦਿਆ ਗੁਰੂ ਇਹੀ ਹੈ ਪੀਰ ਨੂੰ ਮੇਰਾ ਰਾਜਾ ਮੇਰਾ ਕਿਸਨੇ ਮੈਨੂੰ ਗਾਉਣ ਸਿਖਾਇਆ ਆਪਣੇ ਕੋਲ ਬੈਠ ਕੇ ਆਪਣੇ ਪੁੱਤਾਂ ਵਾਂਗ ਕੱਲੀ ਕੱਲੀ ਚੀਜ਼ ਦੱਸੀ ਹੈ ਤਾਂ ਉੱਥੇ ਐਂ ਦੱਸਿਆ ਹਾਂਜੀ गुरु जी तेरे चरनामा मैं दा चुक चुक सी सनावा
ਕਿਉਂ ਵਿੱਚ ਪੁੜਾ ਕੇ ਆਟੇ ਦੀ ਵਿੱਚ ਪੁੜਾ ਕੇ ਆਟੇ ਜੀ سچ کے بچن کیا کہندے جنہ کے کار دو دو ناریاں نشتہ پکنے پائے بے رہنے بھائی شاید اس بات کو چھڑ دے میں دوسرا بیان ہی کرانا ہے تیری آدھا رام کہندا بھجن بہت کر لیا
ਗੱਲ ਸ਼ਾਦੀ ਕਰਦਾ ਤਾਂ ਉਹ ਤਾਂ ਸਨੇ ਸਨੇ ਦੀ ਆਪਣੇ ਪਤੀ ਨੂੰ ਮੈਂ ਕਹਿੰਦੀ ਹੈ ਤੇਰੀ
ਹਲੇ ਵੀ ਹਟ ਜਾ ਸਰ ਸਨੈਤੀ ਹਟਦੀ ਨਹੀਂ ਹੈ ਨਹੀਂ ਤਾਂ ਫੜ ਕੇ ਬੈਠ ਗਈ ਤਾਂ ਹੁਣ ਆਪਣੇ ਪੇਕਿਆਂ ਨੂੰ ਜਾਣ ਲੱਗੀ ਹੈ ਕਹਿਣਾ ਨਾ ਮੰਨਿਆ ਸਨੈਤੀ ਤੂੰ ਵੀ ਦੇਖਿਆ ਨੂੰ ਕਰਿਆ ਇਸ਼ਨਾਨ ਉਸਨੇ ਪੀਰ ਪੈਗੰਬਰ ਤੇ ਆ ਕੇ ਵੇਲਾ ਅੰਮ੍ਰਿਤ ਦਾ ਸਾਜਰੇ ਤਿਆਰ ਹੋ ਗਈ ਹੈ ਕਹਿਣਾ ਨਾ ਮੰਨਿਆ ਬੈਠੀ ਆਰ ਸ਼ਿੰਗਾਰ ਲਗਾ ਕੇ ਕਹਿ ਕੇ ਨੈਣ ਨੂੰ ਫਿਰ ਉੱਪਰ ਗੰਦਾ ਲਿਆ ਬੰਗਲਾ ਸਾਹ ਸਾਹ ਮਿੰਡੀ ਕਾਲੀ ਬਾਲ ਬਾਲ ਮੋਚੀ ਪਰਾ ਕੇ मत पिछे होंगी कुंडी वे सौ सौ मटर बना दी जादू लख चला के हुक्म दे दिया घोड़े रवाए न पाउण दे मैली बड़ी सनैती अपने बाप के जाके अपने बाप के घर पहुंच गई जिस टाइम के बीच सनैती अपने बाप के घर पहुंची है ना फिर उसे क्या भाणा पर जा उसे ऐ दस्या ਦੇਖਿਆ ਨੀ
सुनी मैं दस दया काके जी जड़ी सुनी मैं दस दया काके जी ترجمة
ਨੂੰ ਬਿਆਨ ਕਰਦੀ ਆ ਕੇ ਚੰਦਰੀ ਬਾਰਮਾ ਖੜ ਗਈ ਆ ਕੇ ਚੰਦਰੀ ਬਾਰਮਾ ਖੜ ਗਈ
पास आइए अपनी बहन का साख मैं लेके जाना पल्ला अड के देते साख मुंडा पिताजी मेरी आई इज्जत रख दे मेरा पति तो मुझे पहले ही आंदे है तो पर मैं बहुत लड़ के उसकी गैल आई है पर हुन ओकी हो गई ता उठा ऐ दस्या مرد ہو کے کیا کہوں گی پتی نو جا کے Thank you.